मेहमान, शो का नाम है PV95 और फिलहाल मेरे साथ स्टूडियो में एक बहुत खास शख्स मौजूद हैं जिनका नया गाना आया है। गाने का नाम है लाजमी और जो मेरे साथ शख्स मौजूद हैं उनका नाम है हर्षा पाजी इन द हाउस। पाजी बहुत बहुत स्वागत है थोड़ा स्टूडियो दे विच। थैंक यू। ते थोनू नवा गाना आया ओदियां लख लख मुबारक थोनू, थोड़ा डेब्यू हैगा मैं पता लग गया। पाजी सब तो पहले मैं थोनू पूछना चाहूंगा कि ये जो कॉन्सेप्ट हैगा गाने का लाजमी, ਇਹਦੇ ਬਾਰੇ ਕੁਝ ਦੱਸੋ ਕਿੱਥੋਂ ਇਜਾਦ ਹੋਇਆ ਆਈਡੀਆ। ਐਕਚੁਅਲੀ ਜਿਹੜੀ ਅਸੀਂ ਸਟੋਰੀ ਜਦੋਂ ਗੀਤ ਦੀ ਲਿਖ ਰਹੇ ਸੀ ਹਨਾ, ਹਾਂਜੀ, ਤੇ ਮਤਲਬ ਸਾਰੇ ਜਣੇ ਨੇ ਸਟੋਰੀ ਮਤਲਬ ਵੀ ਜਿੰਨੇ ਵੀ ਸਟੋਰੀਜ਼ ਬਣੀਆਂ ਸੀਗੀਆਂ ਤੇ ਉਹਨਾਂ ਵਿੱਚੋਂ ਅਸੀਂ ਤਿੰਨ ਮਤਲਬ ਵੀ ਜਿਹੜੀ ਵੀਡੀਓ ਦੀ ਟੀਮ ਹੈ ਹਨਾ ਤੇ ਨਾਲ ਮਤਲਬ ਵੀ ਅਸੀਂ ਦੋ ਅਸੀਂ ਰਲ ਮਿਲ ਕੇ ਜਾਨੀ ਕਿ ਮੈਂ ਤੇ ਵੀਡੀਓ ਟੀਮ ਨੇ ਹਨਾ। ਅੱਛਾ, ਇੱਕ ਕੋਈ ਨਹੀਂ ਯੂ ਕੈਨ ਕੈਰੀ ਔਨ। ਆਣ ਦੋ ਤੇ ਅਸੀਂ ਰਲ ਕੇ ਬਣਾਇਆ ਇਹ ਕਨਸੈਪਟ। ਅੱਛਾ, ਤੇ ਅੱਜ ਗਾਣੇ ਦਾ ਟਾਈਟਲ ਤੁਸੀਂ ਦਿੱਤਾ ਲਾਜ਼ਮੀ ਹੈਨਾ, ਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਤੁਹਾਡੇ ਹਿਸਾਬ ਨਾਲ ਹਾਂਜੀ ਜੇ ਕੁੜੀਆਂ ਨੂੰ ਇੰਪ੍ਰੈਸ ਕਰਨਾ ਹੋਵੇ ਤੇ ਕਿਹੜੀਆਂ ਚੀਜ਼ਾਂ ਲਾਜ਼ਮੀ ਹੈਗੀਆਂ ਤੁਹਾਡੇ ਹਿਸਾਬ ਨਾਲ? ਲਾਜ਼ਮੀ ਤਾਂ ਕੁੜੀਆਂ ਨੂੰ ਇੰਪ੍ਰੈਸ ਕਰਨ ਵਾਸਤੇ ਪਿਆਰ ਹੀ ਹੈ ਜੀ, ਕੀਤਾ ਜਾਵੇ ਸਹੀ ਤਰੀਕੇ ਨਾਲ, ਜੇ ਕੁੜੀ ਨਾ ਜੇ ਸਹੀ ਤਰੀਕੇ ਨਾਲ ਕੀਤਾ ਜਾਵੇ ਠੀਕ ਹੈ। ਬਾਕੀ ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਜੇ ਕੁੜੀ ਪਿਆਰ ਨਾਲ ਨਾ ਮੰਨੇ? ਪਿਆਰ ਨਾਲ ਨਾ ਮੰਨੇ ਕਿਹੜੀਆਂ ਚੀਜ਼ਾਂ ਇੰਪ੍ਰੈਸ ਕਰਨ ਵਾਸਤੇ ਜਿਹੜੀਆਂ ਲਾਜ਼ਮੀ ਹੈਗੀਆਂ ਤੁਹਾਡੇ ਹਿਸਾਬ ਨਾਲ? ਬਸ ਬਾਰ ਬਾਰ ਪ੍ਰਪੋਜ਼ ਕਰੀ ਜਾਓ ਫੁੱਲ ਨਾਲ, ਸ਼ੋਪਿੰਗ ਕਰਵਾ ਲਓ। ਅੱਛਾ, ਬਾਕੀ ਇੱਕ ਯਕੀਨ ਹੁੰਦਾ ਹੈ ਨਾ, ਕੋਈ ਵੀ ਰਿਸ਼ਤਾ ਹੈਗਾ ਟਰਸਟ ਹੁੰਦਾ। ਹਾਂ, ਟਰਸਟ ਹੁੰਦਾ, ਚਾਹੇ ਉਹ ਮਾਂ ਪਿਓ ਦਾ ਰਿਸ਼ਤਾ, ਚਾਹੇ ਕੁੜੀ ਮੁੰਡੇ ਦਾ, ਚਾਹੇ ਭੈਣ ਭਾਈ ਦਾ, ਚਾਹੇ ਜੋ ਵੀ ਹੈ, ਪਿਆਰ ਇੱਕ ਯਕੀਨ ਦੇ ਟਿਕੇ। ਮੈਂ ਤੁਸੀਂ ਗੱਲਾਂ ਗੱਲਾਂ 'ਚ ਇੱਕ ਗੱਲ ਕੀਤੀ ਕਿ ਸ਼ੋਪਿੰਗ